ਡੰਡਾ ਇੱਕ ਐਕਸੀਡੈਂਟ ਦੇ ਵਿੱਚ ਯੂਪੀ ਨੰਬਰ ਦੀ ਗੱਡੀ ਜੋ ਕਿ ਕਿੰਨੋਂ ਖਾਲੀ ਕਰਕੇ ਜਾ ਰਹੀ ਸੀ ਅਤੇ ਪੁਲਿਸ ਮੁਲਾਜ਼ਮ ਦੀ ਪ੍ਰਾਈਵੇਟ ਗੱਡੀ ਆ ਕੇ ਉਸਦੇ ਵਿੱਚ ਵੱਜਦੀ ਹੈ ਅਤੇ ਉਲਟਾ ਉਸੇ ਦਾ ਇਲਜ਼ਾਮ ਲਗਾ ਕੇ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੇਖੋ ਪਿੰਡਾ ਮਸਲਾ ਕੀ ਹੈ, ਤਾਂ ਮਤਲਬ ਤਾਂ ਇਹ ਹੋਇਆ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ ਚੱਲਦਾ ਹੈ। ਕੀ ਬਾਤ ਹੋਈ ਹੈ ਕਿੱਥੇ ਜੋ ਯਹਾਂ ਪੇ ਜੀ ਪੁਲਿਸ ਵਾਲੀ ਗੱਡੀ ਥੀ ਤੋ ਮੈਂ ਜਾਣ ਲੱਗਿਆ ਤਾਂ ਅੱਗੇ ਗੱਡੀ ਥੀ ਬਰੋਬਰ ਵੀ ਗਾੜੀ ਥੀ ਜੀ ਤਾਂ ਪੁਲਿਸ ਵਾਲਿਆਂ ਨੇ ਪਿੱਛੇ ਤਾਂ ਆ ਕੇ ਗੱਡੀ ਲੱਗੀ ਜੀ। ਫਿਰ ਕਿਆ ਹੋਆ ਜੀ ਕਿ ਜੋ ਸਾਰੇ ਪੰਜਾਬ ਦੇ ਬੰਦੇ ਹੈਗੇ ਸਾਰਿਆਂ ਨੇ ਉਹਨਾਂ ਨੂੰ ਕਿਹਾ ਕਿਹਾ ਪਹਿਲਾਂ ਪੁਲਿਸ ਵਾਲੇ ਨੂੰ? ਪੁਲਿਸ ਨੇ ਆ ਕੇ ਜੀ ਮੇਰੇ ਸਰ ਮੇਰਾ ਚਾਬੀ ਕਾਟ ਲਈ ਔਰ ਮੇਰਾ ਮੋਬਾਈਲ ਛਿੰਨਾ ਜੀ। ਹਾਂਜੀ ਵੀਰ ਜੀ, ਕੀ ਨਾਮ ਹੈਗਾ ਅਤੇ ਕੀ ਕਹਿਣਾ ਚਾਹੋਗੇ ਜਿਹੜੀ ਪੁਲਿਸ ਵੱਲੋਂ ਧੱਕਾਸ਼ਾਹੀ ਕਰ ਦਿੱਤੀ ਹੈ ਜੀ? ਮੇਰਾ ਨਾਮ ਜਗਸਿੰਘ ਸਿੰਘ ਤੁੰਬਾ, ਭਾਰਤੀ ਕਿਸਾਨ ਯੂਨੀਅਨ ਤਕ ਰਹਾ ਜ਼ਿਲ੍ਹਾ ਕਮੇਟੀ ਮੈਂਬਰ ਆ, ਜੋ ਅੱਜ ਯੂਪੀ ਤੋਂ ਵੀਰ ਕਿੰਨੂੰ ਲੈ ਕੇ ਅਤੇ ਲਾਹ ਕੇ ਅਤੇ ਆਪਦੇ ਇਲਾਕੇ ਜਾ ਰਿਹਾ ਸੀ ਕਿੰਨੂੰ ਦੂਰੀ ਲੱਦਣ, ਤਾਂ ਪੁਲਿਸ ਵਾਲਿਆਂ ਦੀ ਮਗਰੋਂ ਇਹ ਜਾ ਰਿਹਾ ਸੀ ਅਤੇ ਪੁਲਿਸ ਵਾਲਿਆਂ ਦੀ ਗੱਡੀ ਮਗਰੋਂ ਵੱਜੀ ਆ ਅਤੇ ਜਿਹੜੀ ਪੁਲਿਸ ਵਾਲਿਆਂ ਦੀ ਸ਼ਰੇਆਮ ਗਲਤੀ ਸੀਗੀ ਅਤੇ ਇਹਦੀ ਚਾਬੀ ਕੱਢ ਲਈ, ਨਾਲੇ ਤਾਂ ਜ਼ੋਰ ਜ਼ਬਦੀ ਮਤਲਬ ਕਰਦੀ ਇਹਦੇ ਨਾਲ ਅਤੇ ਨਾਲੇ ਚਾਬੀ ਕੱਢੀ ਨਾਲੇ ਮੋਬਾਇਲ ਆ ਅਤੇ ਡਰਾ ਧਮਾ ਕਹਿੰਦੇ ਪਰਚਾ ਕਰਾਂਗੇ ਤੇਰੇ 'ਤੇ ਕੀ ਆ, ਤੂੰ ਤੇਰੀ ਗਲਤੀ ਨਾਲਾਂ ਦੇ ਗੱਡੀ ਲੱਗੀ ਆ ਅਤੇ ਜਿਹੜਾ ਪੁਲਿਸ ਦਾ ਸ਼ਰੇਆਮ ਧੱਕਾ ਸੀਗਾ ਤਾਂ ਅਸੀਂ ਇਨਸਾਫਬੰਦ ਇਨਸਾਫ ਪਸੰਦ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਰਹਾਂ, ਭਲਾ ਇਹ ਮੁਸਲਮਾਨ ਆ ਭਲਾ ਇਹ ਯੂਪੀ ਤੋਂ, ਜਿਹੜਾ ਸਾਡਾ ਇਨਸਾਨੀਅਤ ਨਾਂ 'ਤੇ ਫਰਜ਼ ਬਣਦਾ ਅਸੀਂ ਇਹਨਾਂ ਦੀ ਮਦਦ ਕੀਤੀ, ਐਸ ਐਸ ਪੀ ਸਾਹਿਬ ਨੂੰ ਮਿਲੇ ਹਾਂ ਅਤੇ ਮੋਬਾਇਲ ਦਵਾਇਆ ਅਤੇ ਚਾਬੀ ਦਵਾਈ ਆ ਅਤੇ ਜਿੱਥੋਂ ਵੀ ਕਿਤੇ ਵੀ ਧੱਕਾ ਹੁੰਦਾ ਅਸੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇੱਕ ਡਾ ਕੇ ਉਹਦੇ ਨਾਲ ਖੜ੍ਹਦੇ ਵੀਰ ਨਾਲ, ਕਿਸੇ ਵੀ ਦੇਸ਼ ਦਾ ਕਿਸੇ ਵੀ ਪ੍ਰਦੇਸ਼ ਦਾ ਹੋਵੇ ਜਿਹੜਾ ਇਨਸਾਫ ਉਹਨੂੰ ਦਵਾਇਆ ਗਾ, ਅਤੇ ਜੇ ਜਥੇਬੰਦੀ ਅਤੇ ਆਮ ਲੋਕ ਜਿਹੜੇ ਨਾ ਹੁੰਦੇ ਤਾਂ ਇਹ 'ਤੇ ਪਰਚਾ ਪਾਉਣਾ ਸੀ ਡਰਾ ਧਮਕਾ ਕੇ, ਜਿਹੜਾ ਪੁਲਿਸ ਦਾ ਮਤਲਬ ਕਰਤਾਰ ਆ ਇਹਨਾਂ ਕਿਹਾ ਪੁਲਿਸ ਪਰਚਾ ਪਾਉਣਾ ਸੀ ਨਾਲੇ ਤੋਂ ਮਤਲਬ ਗੱਡੀ ਜ਼ਬਤ ਕਰਨੀ ਸੀ, ਪੈਸੇ ਦੀ ਡਿਮਾਂਡ ਕਰਨੀ ਸੀ, ਤਾਂ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਮਤਲਬ ਅਸੀਂ ਇਹਦੀ ਮਦਦ ਕੀ ਖਾਤਰ ਐਸ ਐਸ ਪੀ ਸਾਹਿਬ ਨੂੰ ਮਿਲਿਆ ਅਤੇ ਐਸ ਐਸ ਪੀ ਸਾਹਿਬ ਨੇ ਚਾਬੀ ਦੇ ਮੋਬਾਈਲ ਦਵਾਇਆ ਗਾ, ਤਾਂ ਫਿਰ ਇਹ ਸਮਝੌਤਾ ਹੋਇਆ। ਇਹ ਥਾਂ ਥਾਂ ਲਿਖਦਾ ਕਿ ਪੁਲਿਸ ਤੁਹਾਡੀ ਸਹਾਇਤਾ ਲਈ ਮੌਜੂਦ ਹੈਗੀ, ਸਹਾਇਤਾ ਤਾਂ ਦਿਸੀ ਜਾਂਦੀ ਹੈ ਜੀ। ਹੁਣ ਜਿੱਥੇ ਵੀ ਮਤਲਬ ਕੋਈ ਵੀ ਆ ਜੋਰਾ ਜਰਬੀ ਪੁਲਿਸ ਦਾ ਮਤਲਬ ਧੱਕੇ ਸਾਂਝੀਆਂ ਪੁਲਿਸ ਦਾ ਪੰਜਾਬ ਪੁਲਿਸ ਤੋਂ ਵਿਸ਼ਵਾਸ ਕਰੋ ਲੋਕਾਂ ਦਾ ਉੱਠਿਆ, ਜੇ ਮਤਲਬ ਐਂ ਧੱਕਾ ਕਰਦਾ ਤਾਂ ਹੀ ਲੋਕਾਂ ਦਾ ਵਿਸ਼ਵਾਸ ਉੱਠਿਆ ਗਾ, ਅਤੇ ਜਿਹੜਾ ਐਸ ਐਸ ਪੀ ਸਾਹਿਬ ਆ ਇਹ ਨੇਕ ਇਨਸਾਨ ਆ ਅਤੇ ਇਹ ਇਨਸਾਫ਼ ਪਸੰਦ ਬੰਦਾ ਗਾ ਅਤੇ ਇਹਨੇ ਇਨਸਾਫ਼ ਦਿੱਤਾ ਅਤੇ ਅਸੀਂ ਇਹਦੇ ਐਸ ਐਸ ਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਅੱਜ ਤੁਸੀਂ ਵੀ ਹੋਰ ਵੀ ਕੋਈ ਮਸਲਾ ਲੈ ਕੇ ਆਏ ਸੀ? ਇੱਕ ਜੀ ਗੁਰਪਾਲ ਦੇ ਹੁਣ 'ਤੇ ਜਿਹੜਾ ਮਤਲਬ ਝੂਠਾ ਪਰਚਾ ਕਰਾਇਆ ਗਾ ਉਹਦੇ 'ਤੇ ਅਸੀਂ ਮਿਲੇ ਹਾਂ, ਉਹ ਲਗਾਤਾਰ ਹੀ ਅਸੀਂ ਮਿਲਦੇ ਆ ਰਹੇ ਹਾਂ ਅਤੇ ਮਤਲਬ ਇਹ ਫਰ ਜੀ ਨਕਲ ਲੈਣ ਖਾਤਰ ਆਏ ਸੀਗੇ ਅਤੇ ਜਿਹੜਾ ਵਿਸ਼ਵਾਸ ਦਵਾਇਆ ਜੇ ਨਾ ਤਾਂ 13 ਤਰੀਕ ਨੂੰ ਅਸੀਂ ਇੱਥੇ ਵੱਡਾ ਇਕੱਠ ਰੱਖਿਆ ਗਾ ਇਸ ਗਿਆ ਇੱਥੇ ਦਫ਼ਤਰ ਡੀ ਐਸ ਪੀ ਦਫ਼ਤਰ ਦੇ ਮੂਹਰੇ ਜੀ ਅਤੇ ਐਸ ਐਸ ਪੀ ਦੇ, ਅਤੇ ਜੇ ਇਹਨੂੰ ਇਨਸਾਫ਼ ਨਾ ਮਿਲੂਗਾ ਤਾਂ ਫਿਰ ਉਹਦੇ ਕੋਈ ਨਾ ਕੋਈ ਐਕਸ਼ਨ ਕਰਾਂਗੇ 13 ਤਰੀਕ। ਤੁਸੀਂ ਤੁਹਾਨੂੰ ਇਹ ਕਿੱਥੇ ਮਿਲੇ ਜੀ? ਤੁਸੀਂ ਇਹਨਾਂ ਨੇ ਤੁਹਾਡੇ ਵੱਲ ਅਪਰੋਚ ਕੀਤੀ ਆ? ਤੁਸੀਂ ਇਹਨਾਂ ਅਸੀਂ ਜੀ ਉੱਥੇ ਬਾਹਰ ਜਦੋਂ ਸਾਨੂੰ ਪਤਾ ਲੱਗਿਆ ਮਤਲਬ ਇਹ ਵੀਰ ਨਾਲ ਧੱਕਾ ਹੁੰਦਾ ਪੁਲਿਸ ਇਹਦੇ 'ਤੇ ਕਾਰਵਾਈ ਕਰਦੀ ਜਬਰੀ, ਮਤਲਬ ਚਾਬੀ ਕੱਢ ਲਈ ਮੋਬਾਇਲ ਕੱਢ ਲਿਆ ਅਤੇ ਪਰਚਾ ਵੀ ਪਾਉਣਗੇ ਤਾਂ ਪੈਸੇ ਵੀ ਲੈਣਗੇ। ਫਿਰ ਜਦੋਂ ਅਸੀਂ ਗਿਆ ਜਦੋਂ ਨਾਲ ਉੱਥੇ ਚੁੱਕਿਆ ਤਾਂ ਮੁੰਡਾ ਡੈਂਪੀ ਆ ਕਾਂਗਰਸ ਦਾ ਵਰਕਰ ਆ ਪੂਰਾ, ਹੋਰ ਵੀਰ ਵੀ ਆਮ ਦੁਕਾਨਦਾਰ ਹੋਰ ਇੱਥੇ ਬਹੁਤ ਬੰਦੇ ਨੇ ਆਮ ਪਬਲਿਕ ਸੀ ਜਿਹੜੀ, ਉਹਨਾਂ ਨੇ ਕਿਹਾ ਧੱਕਾ ਹੁੰਦਾ ਧੱਕਾ ਕੀਤਾ ਇਹਨਾਂ ਨੇ ਪੁਲਿਸ ਨੇ, ਅਤੇ ਜੇ ਤੁਸੀਂ ਨਾ ਮਤਲਬ ਲੋਕ ਨਾ ਆਪਾਂ ਨਾ ਬੋਲੇ ਤਾਂ ਇਹੋ ਜਿਹੇ ਭਰਾਵੋ ਜਿਵੇਂ ਹੁਣ ਨਕੀਆ ਯੂਪੀ ਦਾ ਬੰਦਾ ਹੈ ਅਤੇ ਜੇ ਅੱਜ ਇਸ ਨੂੰ ਇਨਸਾਫ਼ ਨਾ ਦਵਾਉਂਦੇ ਸੀ ਨਾਲ ਨਾ ਖੜ੍ਹਦੇ ਤਾਂ ਅਸੀਂ ਵੀ ਯੂਪੀ 'ਚ ਜਾਣਾ ਜਾਂ ਕਿਤੇ ਹੋਰ ਸਟੇਟ 'ਚ ਜਾਂਦੇ ਹਾਂ, ਅਤੇ ਜੇ ਨਕੀਆ ਇਹਦੇ ਸਤਿਕਾਰ ਬਣੂਗਾ ਪੰਜਾਬ ਖਾਤਰ ਜਿਹੜੇ ਪੰਜਾਬ ਦੇ ਲੋਕ ਇਨਸਾਫ਼ ਪਸੰਦ ਆ ਭਲਾ ਉਹ ਦੁਕਾਨਦਾਰ ਹੋਣ ਭਲਾ ਆਮ ਲੋਕ ਹੋਣ ਭਲਾ ਜਥੇਬੰਦੀਆਂ ਅਤੇ ਨਕੀਆ ਇਹਦਾ ਸਤਿਕਾਰ ਵੀਰ ਦਾ ਬਣੂਗਾ ਇਹ ਗੱਲ ਕਰੂਗਾ ਜਾ ਕੇ ਯੂਪੀ ਦੇ ਜਿਹੜੇ ਮਤਲਬ ਪਾਠਕ ਪਾਉਂਦੇ ਆ ਲੋਕ ਸਰਕਾਰਾਂ ਪਾਉਂਦੀਆਂ ਹੈਗੀਆਂ ਅਤੇ ਇਹ ਕਹੂਗਾ ਮੇਰਾ ਵੀਰ ਸਾਨੂੰ ਮੈਨੂੰ ਇਨਸਾਫ਼ ਦਵਾਇਆ ਮੇਰੇ ਨਾਲ ਲੋਕ ਖੜ੍ਹੇ ਆ, ਅਤੇ ਲੋਕਾਂ ਦੀ ਜ਼ਮੀਰ ਜਾਗਦੀ ਆ, ਜਾਗਦੀਆਂ ਜ਼ਮੀਰਾਂ ਵਾਲੇ ਇਨਸਾਫ਼ ਦਵਾਉਣ ਖਾਤਰ ਲੜਦੇ ਰਹਿੰਦੇ ਆ, ਪਰਚੇ ਪੁਰਚਿਆਂ ਦੀ ਕੋਈ ਪ੍ਰਵਾਹ ਨਹੀਂ, ਪਰਚੇ ਦਾ ਪਹਿਲਾਂ ਵੀ ਹੁੰਦੇ ਹੋਰ ਹੋ ਜਾਣਗੇ ਕੋਈ ਗੱਲ ਨਹੀਂ। ਹਾਂਜੀ ਵੀਰ ਜੀ, ਕੀ ਨਾਮ ਹੈ ਅਤੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਐਸ ਐਸ ਪੀ ਨੂੰ ਮਿਲਿਆ? ਮੇਰਾ ਨਾਮ ਗੁਰਪਾਲ ਸਿੰਘ, ਵਿਖੇ ਜੂ ਏਕਤਾ ਗ੍ਰਾਹਾਂ, ਬਠਿੰਡੇ ਬਲਾਕ ਦਾ ਜਨਰਲ ਸੈਕਟਰੀ। ਅੱਜ ਅਸੀਂ ਮੇਰਾ ਕੁਛ ਮਸਲਾ ਸੀਗਾ ਕਿਉਂਕਿ ਪੁਲਿਸ ਨੇ ਜਾਲੀ ਸਾਡੇ 'ਤੇ ਪਰਚੇ ਬਣਾਏ ਹੋਏ ਆ, ਉਸ ਦੇ ਸੰਬੰਧ 'ਚ ਅਸੀਂ ਮਿਲਣ ਆਏ ਸੀ ਡਿਪਟੀ ਨੂੰ, ਤਾਂ ਉੱਧਰ ਇਹ ਪਰਦੇਸੀ ਜਿਹੜਾ ਬੰਦਾ ਸੀਗਾ ਵਿਚਾਰਾ ਮੁੰਡਾ ਗੱਡੀ ਵਾਲਾ, ਇਹ ਆਪਦੇ ਕਿੰਨੂ ਲਾ ਕੇ ਦੁਆਰੇ ਭਰਨ ਜਾਂਦਾ ਸੀ, ਮੁਲਾਜ਼ਮਾਂ ਦੀ ਗੱਡੀ ਵੱਜੀ ਮਗਰੋਂ ਜ਼ੋਰ ਨਾਲ, ਅਤੇ ਉਹ ਗਲਤੀ ਆਪਦੀ ਮੰਨਣ ਦੀ ਬਜਾਏ ਜਾਣੀ ਇਹਦੇ 'ਤੇ ਦਬਸ਼ ਪਾਈ, ਇਹਦਾ ਫੋਨ ਖੋਇਆ, ਇਹਦੀ ਚਾਬੀ ਜ਼ਬਤ ਕਰੀ, ਇਹਦੇ 'ਤੇ ਕਹਿੰਦੇ ਤੈਨੂੰ ਅੰਦਰ ਦੇਵਾਂਗੇ ਪਰਚਾ ਦਰਜ ਕਰਾਂਗੇ, ਇਹੋ ਜਿਹੀਆਂ ਧਮਕੀਆਂ ਦਿੱਤੀਆਂ ਜਾਣੀ, ਕਹਿ ਸਕਦੇ ਹਾਂ ਅਸੀਂ ਵੀ ਜਾਣੀ ਕਿਰਦਾਰ ਨੰਗਾ ਹੁੰਦਾ, ਜਿਹੜੀ ਇੱਥੋਂ ਦੀ ਪ੍ਰਸ਼ਾਸਨ ਅਤੇ ਹਕੂਮਤ ਪੱਬਾਂ ਭਾਰ ਰਹਿੰਦੀ ਹੈ, ਅਤੇ ਤੁਸੀਂ ਵੇਖਿਆ ਹੋਣਾ ਜਦੋਂ ਕਿਸੇ ਵੀ ਦਫ਼ਤਰ 'ਚ ਅੰਦਰ
एंटर होंने आप कहें सेवा च बैठे असी जानी आ सेवा कर लगे आ ते जेड़े साडे दोस्त मित्र पासे तो पबलिक कट्ठी होकर आई सी उन्होंने खदेड़न की कोशिश करी जोर नाल कहिंदे सोडे ते भी परचे पा के अंदर सट्टांगे जानी जिहड़ा भी पबलिक उत्थे सैटर सीगा पबलिक कट्ठी होई उन्होंने जानी इंसाफ दवाउण वास्ते मूहरे आए ते उन्होंने खदेड़न वास्ते वेखो तुसीं तरीका किहो जिहा भी सोडे ते भी परचे देवांगे जदों इधर साडे भिणक पई कन्नी गल पई साडे असी डट के खड़दे आ हमेशा साडा इह जानी विरसा विरासत आ साडी असी लोकां खातर हर कदम लड़दे हाँ जानी तो ये तो यूपी का भाई है साडा कोई भी आ जाए वास्ते असी हर टाइम तैयार रहने पर किरदार वेखो मेरे ते जाली दो परचे होए आ डिप्टी ने इनकुआरी करती वो सारा कुछ जाली साबित होया उहदी नकल नहीं दे रहे इत्थे बनता उन्हां ते कारवाई बनती सी वो नहीं कर रहे इत्थे साडे कोले आके फर्ज इन्हां दा ये बनता सी भी मुलाजम उहो माफ़ी मंगदे जिहड़े लोकां नूं जानी गलत शब्द बोलिया उत्थे जिहड़े इहदे हक च नित्रे सी उन्हां नूं गलत शब्दावली वरती है ते मैं इत्थों दे प्रशासन दा जानी धन्नवाद नहीं करदा किसे लोट भी क्योंकि धन्नवाद उदों करिया जांदा हुंदा जदों सचमुच ही कोई नेक काम होण लग जाण नेक काम कुछ नहीं हुंदा कल दी घटना इत्थे चिट्टे वाला जिहड़ा घर बर्बाद कर रहा सी किसे दा उहनूं पकड़िया पर पल्ले कुछ नहीं पाया भरावो उन्होंने पासे करके छड़ता जानी असी किन्ने वारी इह मंग पत्र च पाया भी इहदा हल कढो इधर नहीं प्रशासन तुरदा जाली परचे किवें पाउणे आ ਕਿਵੇਂ ਲੋਕਾਂ ਨੂੰ ਦਬਕੇ ਥੱਲੇ ਰੱਖਣਾ ਇਹ ਸਾਰਿਆਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਵੀ ਅਦਾਲਤ ਨੇ ਵੀ 6-7 ਮੁਲਾਜ਼ਮਾਂ 'ਤੇ ਮਤਲਬ ਕਿ ਨੋਟਿਸ ਜਾਰੀ ਕੀਤੇ ਆ ਵੀ ਝੂਠਾ ਪਰਚਾ ਪਾਇਆ ਸੀਗਾ ਉਹਨੂੰ ਘਰੋਂ ਚੱਕ ਕੇ ਨਹਿਰ 'ਤੇ ਪਰਚਾ ਪਤਾ ਸੀਗਾ ਜੀ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਹੀ ਆਉਂਦੇ ਰਹਿੰਦੇ ਕਿ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਇਹ ਤਾਂ ਕਿਰਦਾਰ ਆ ਇਹਨਾਂ ਦਾ ਜਿਹੜੇ ਸੱਚੇ ਜੇ ਕੋਈ ਮੁਰਜਮ ਆ ਕੋਈ ਚਿੱਟੇ ਵਾਲੇ ਤਸਕਰ ਫਿਰਦੇ ਆ ਉਹਨਾਂ 'ਤੇ ਪਰਚੇ ਪਾਉਣ ਅਸੀਂ ਇਹਨਾਂ ਦੀ ਹਮਾਇਤ ਚਾਹਵਾਂਗੇ ਜੇ ਇਹ आम लोगों की भलाई वास्ते जोड़े काम करते जो उन्होंने जाली परचे बना के उन्होंने कंट्रोल करने की कोशिश करते हैं मैं हूँ भी SSP साहब को पिछले दिनों भी कहा भी असी साडा कोई नज़दीकी साढ़े ते परचे करावे वो सानू मंजूर नहीं असी लोगों खातर लड़ांगे जे लोगों खातर लड़दियां दे खिलाफ सरकार परचे पाउंदी आ उहदी सानू कोई परवाह नहीं ना असी अज करी आ ना कल नू करगे असी जिंदगियां लाउण दे फैसले करी बैठे हाँ ये तो गल ही कुछ नहीं इस गल करके प्रशासन नू आप नू इस गल का जानी जरूर अभ्यास होना चाहिए भी जी सरकार उत्तों ये कहती है भी थोड़े तो दिन हुण बदल रहे हैं हुण बहुत कुछ चंगा हो जूगा इत्थे कुछ नहीं चंगा होने वाला गोपाल जी जिहड़े मुलाजम हुण धक्का कर रहे सी उन्हां तो सिर्फ मोबाइल दबा के खेड़ा छड़ाता कोई कार्रवाई तो नहीं की ना जी वेखो जी साडी मंशा तो यह सी भी वह मुलाजमां ते बणदी उल्टी कार्रवाई होवे बुलाया नहीं उन्होंने बिल्कुल जी कोई बुलाया नहीं मुलाजम क्योंकि ये अणजाण सी बच्चा इहनूं थल्ले लिजा रहे सी फोन दबाउण वास्ते भी तुसीं नोट करी होऊ गल भी फोन बराबर ही पिया सी बच्चे नूं अणजाण मुंडे नूं पासे लिजा के किवें धमकाउण दा रवैया जानी इह आपां जाणू आ सारे प्रशासन तों इह कोई भुल्ले नहीं आपां इस गल करके भरावो आपां तां हर पैर ते खड़न दी लोड़ आ लड़न दी लोड़ आ ते जिहड़ा अज इस नूं आपां इंसाफ दवाया इह बहुत वधिया गल आ इहो जिहे साडे कोले नेकां ही मसले आउंदे आ असीं आउंदे होर कम आउंदे आ तो बठिंडे चो मसले यहोजे निकलते भी जी सू रात पै जी है ज्यादा सोनू पिछले दिन की कहानी दसा मैं SSP तो छोटे रैंक का मेरे ध्यान च नहीं ना की है सरदारगढ़ तो टीम आई सा जथेबंदी की वेद पंचायत सी ये कहें जी साढ़े नशा तस्कर बहुत ज़्यादा सप्लाई बहुत ज़्यादा हो रही है वो कहें ना दे जो उन्होंने ना की लिस्ट बना के देती असी पिछले दिन पता कर कहें नहीं वह कुछ नहीं बने मतलब नशा तस्कर की लिस्ट देने तो बावजूद कोई कार्रवाई नहीं हुई जी इतने ढौ च रखते रचते है ये आ भीड़ बहमण च जाके जानी गलियां बीजी लंघ के एक दिखावा करते हैं भी असी नशे के बहुत व्डे खिलाफ हाँ इनू रोकांगे तुसी इधर एंटर होवोगे इतने तंबाकू बीड़ी जर्दा सारा कुछ बंद है ये नशा रहत इलाका पर पिछले दिनों तुसी वेख्या होगा भी पुलिस मुलाजम नशे का सेवन करते फड़े गए वो तुसी अखबारों पर भी पढ़िया होगा सारा कुछ असी कहने नहीं कुछ ठीक होने वाला ये तो सानू आपदे हथी आपदा घास मारना पैना साढ़े बाबा जी का यह हुक्म है वह सदा ही कहें हुक्म असी लागू कर देंगे फिर ही साड़ी बचत हो नहीं